ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਦੇ ਪਿੰਡ ਝੰਡਵਾਲਾ ਵਿੱਚ ਪਿੰਡ ਵਾਲੇ ਪੀਣ ਵਾਲੇ ਪਾਣੀ ਦੇ ਬਦਲੇ ਪੀ ਰਹੇ ਨੇ ਜ਼ਹਿਰ ਸੁਖਵੀਰ ਬਾਦਲ ਦੇ ਹਲਕਾ ਜਲਾਲਾਬਾਦ ਦੇ ਪਿੰਡ ਝੰਡਵਾਲਾ ਵਿੱਚ ਵਾਟਰ ਵਰਕਸ ਰਾਹੀਂ ਸਪਲਾਈ ਹੋ ਰਿਹਾ ਪਾਣੀ ਇੰਨਾ ਗੰਦਾ ਤੇ ਜ਼ਹਿਰੀਲਾ ਹੋ ਚੁੱਕਿਆ ਹੈ ਕਿ ਇਸ ਨੂੰ ਇਨਸਾਨ ਤਾਂ ਕੀ ਜਾਨਵਰ ਵੀ ਨਾ ਪੀਣ ਤੇ ਇਸ ਪਾਣੀ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਰਹੀਆਂ ਨੇ ਇਸ ਪਾਣੀ ਦਾ ਰੰਗ ਵੀ ਬਦਲ ਚੁੱਕਿਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਬਹੁਤ ਵਾਰ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਵੀ ਦੇ ਚੁੱਕੇ ਹਨ ਪਰ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਦੂਸਰੇ ਪਾਸੇ ਜਦੋਂ ਇਸ ਸਮੱਸਿਆ ਬਾਰੇ ਜਲਾਲਾਬਾਦ ਦੇ ਐਸਡੀਐਮ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਲਦੀ ਹੀ ਸਮੱਸਿਆ ਨੂੰ ਸੁਲਝਾ ਲਿਆ ਜਾਵੇਗਾ ਚਲਦਾ ਛੇਤੀ ਆਉਂਦਾ ਨਹੀਂ 10 10 15 15 ਦਿਨ ਜੇ ਪਾਣੀ ਆਉਂਦਾ ਤਾਂ ਜੀ ਬਹੁਤ ਗੰਦਾ ਪਾਣੀ ਹੈ ਜੀ ਜੋ ਪੀਣ ਯੋਗ ਨਹੀਂਗਾ ਜੀ ਜਿੰਨਾ ਲੋਕਾਂ ਨੂੰ ਬਿਮਾਰੀਆਂ ਫੈਲ ਰਹੀਆਂ ਨੇ ਕਈਆਂ ਲੋਕਾਂ ਨੂੰ ਕੈਂਸਰ ਹੋ ਗਿਆ ਜੀ ਕਈ ਜਵਾਕ ਬਿਮਾਰ ਪਏ ਆ ਜੀ ਖਾਰਸ਼ ਹੋ ਰਹੀ ਹੈ ਜੀ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਪਸ਼ੂਆਂ ਦਾ ਨਾ ਬੰਦਿਆਂ ਦਾ ਜੀ ਪਾਣੀ ਬਹੁਤ ਮਾੜਾ ਆ ਰਿਹਾ ਜੀ ਸਾਡੇ ਜਿੰਨੇ ਨੇੜੇ ਦੇ ਅਫਸਰ ਲੋਕਲ ਫਿਲਟਰ ਲੱਗਾ ਕੱਚੇ ਕਾਲੇ ਵਾਲੇ ਵਾਟਰ ਵਾਸ ਚ ਤੁਸੀਂ ਉਹ ਦੇਖੋ ਉਹਦਾ ਫਿਲਟਰ ਦਾ ਪਾਣੀ ਕਿਹੜੇ ਪਿੰਡ ਜਾਂਦਾ ਕੱਲਾ ਕਾਰਗੜ ਨੂੰ ਜਾਈ ਜਾਂਦਾ ਉਹ ਕੀ ਕਾਰਨ ਕਿਉਂ ਜਾਂਦਾ ਉਥੋਂ ਦੇ ਮੁਲਾਜ਼ਮ ਹੁਣ ਅਸੀਂ ਆਹ ਪਾਣੀ ਆ ਤੇ ਬੱਚਿਆਂ ਨੂੰ ਪਿਆਗੇ ਕੀ ਤਰੱਕੀ ਚਾਉਣੇ ਸਾਡੇ ਤੁਸੀਂ ਕੀ ਕਰਕੇ ਦੱਸੋ ਅਸੀਂ ਕੀ ਜਵਾਬ ਦੇ ਕੇ ਹੁਣਗੇ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਿਹਾ ਜੀ ਅਸੀਂ ਲਿਖਤੀ ਰੂਪ ਚ ਵੀ ਦੇ ਚੁੱਕੇ ਹਾਂ ਅਸੀਂ ਉਹਨਾਂ ਨੂੰ ਕੀ ਪਾਣੀ ਦੇ ਕਾਰਨ ਹੀ ਹੋਇਆ ਪਾਣੀ ਆਪਾ ਪੀਣੇ ਗੰਦਾ ਪਾਣੀ ਪੀਣੇ ਆ ਗੰਦੇ ਪਾਣੀ ਦੇ ਕਾਰਨਾਂ ਜੋੜ ਲੈਵਲ ਲੈ ਕੇ ਪਏ ਆ ਦੰਦ ਵੀ ਖਰਾਬ ਹੋਏ ਸਾਡੇ ਸਾਰੇ ਕਿੰਨੇ ਚਿਰ ਤੋਂ ਇਹ ਤਾਂ ਹੁਣ ਪਾਣੀ ਦੇ ਕਾਰਨ ਜਿਉਂ ਸਾਡੇ ਪਾਣੀ ਆਉਣ ਲੱਗਾ ਉਦੋਂ ਦਾ ਇਸੇ ਪਾਣੀ ਨਾਲ ਹੀ ਹੋਇਆ ਸਾਡਾ ਸਾਰਾ ਕੰਮ ਜੋ ਵਿਲੇਜ ਝੰਡਵਾਲਾ ਦੀ ਸਬਡਿਵੀਜ਼ਨ ਜਲਾਲਾਬਾਦ ਦੇ ਵਿੱਚ ਪਾਣੀ ਦੀ ਸਮੱਸਿਆ ਦੀ ਗੱਲ ਹੈ ਇਹ ਮੇਰੇ ਅੱਜ ਹੀ ਧਿਆਨ ਦੇ ਵਿੱਚ ਆਈ ਹੈ ਤੇ ਇਸ ਸੰਬੰਧੀ ਉਪ ਮੰਡਲ ਇੰਜੀਨੀਅਰ ਜਸबीर ਸਿੰਘ ਨਾਲ ਗੱਲ ਵੀ ਮੇਰੀ ਹੋ ਚੁੱਕੀ ਹੈ ਤੇ ਉਹਨਾਂ ਦੇ ਦੱਸਣ ਮੁਤਾਬਕ ਪਾਈਪਲਾਈਨ ਉਥੇ ਲੀਕ ਸੀ ਤੇ ਉਸ ਨੂੰ ਪਲੱਗ ਕਰਨ ਦਾ ਕੰਮ ਜੋ ਹੈ ਪ੍ਰਗਤੀ ਅਧੀਨ ਹੈ ਤੇ ਉਹ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਜੋ ਹੈ ਉਹ ਨਿਪਟੇ ਚੜ ਜਾਵੇਗਾ ਤੇ ਜੋ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ